ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਖਬਰਾਂ ਨੇ ਐਡਮੰਟਨ ਸ਼ਹਿਰ ਤੋਂ ਇੱਕ ਖਬਰ ਤਏ ਆ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਸਾਡੇ ਇੱਥੇ ਐਡਮੰਟਨ ਤੋਂ ਲੈੰਦੇ ਵਾਲੇ ਪਾਸੇ ਇੱਕ ਚਰਚਾ ਗ੍ਰੇਸ ਲਾਈਫ ਚਰਚ ਉਹਦਾ ਪਾਦਰੀ ਜਿਹੜਾ ਸੀਗਾ ਉਹ ਉਸ ਚਰਚ ਦੇ ਵਿੱਚ ਸਰਵਿਸਿਜ਼ ਹੋਲਡ ਕਰਦਾ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਰਿਹਾ ਹਾਲਾਂਕਿ ਉਹਨਾਂ ਨੂੰ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੇ ਤੇ RCMP ਨੇ ਜਾ ਕੇ ਵੀ ਵਾਰਨਿੰਗ ਦਿੱਤੀ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਰਨੋਂ ਨਹੀਂ ਹਟੇ ਉਹ ਕਹਿੰਦੇ ਜੀ ਵੀ ਜਿਹੜੀ ਸਰਕਾਰ ਹੈ ਨਾ ਇਹ ਉਹ ਰੱਬ ਦੀ ਇੱਕ ਇਨਸਟਰੂਮੈਂਟ ਹੈ ਇਥੇ ਸੋ ਬਿਨਾ ਕਿਸੇ ਝਿਜਕ ਤੋਂ ਉਹਦੀ ਪੂਜਾ ਕਰਨੀ ਉਹਦੀ ਆਗਿਆ ਹੋਣੀ ਚਾਹੀਦੀ ਆ ਸੋ ਇਸ ਗੱਲ ਕਰਕੇ ਉਹ ਪਾਦਰੀ ਹੋਰਾਂ ਨੂੰ ਜੀ ਉਹਨਾਂ ਤੇ ਜਦੋਂ ਦੋਸ਼ ਲੱਗੇ ਤੇ ਫਿਰ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਉਹ ਫਰਵਰੀ 7 ਤੋਂ ਜੇਲ੍ਹ ਵਿੱਚ ਨੇ ਤੇ ਹੁਣ ਖਬਰ ਆਈ ਹੈ ਕਿ ਜਸਟਿਸ ਸੈਂਟਰ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਹੈ ਕਿ ਬਹੁਤ ਛੇਤੀ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ ਜਦੋਂ ਸਰਕਾਰੀ ਵਕੀਲ ਨੂੰ ਫੋਨ ਕਰਕੇ ਪਤਾ ਕੀਤਾ ਗਿਆ ਤੇ ਸਰਕਾਰੀ ਵਕੀਲ ਨੇ ਉਸ ਗੱਲ ਦਾ ਕੋਈ ਵੀ ਹਜੇ ਜਵਾਬ ਨਹੀਂ ਦਿੱਤਾ ਪਰ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਕਹਿ ਰਿਹਾ ਜੀ ਕਿ ਉਹ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਰਿਹਾ ਕਰਨ ਜਾ ਰਹੇ ਨੇ ਜੇਮਸ ਕੋਰਟਸ ਨੂੰ ਉਹ ਕਹਿੰਦੇ ਵੀ ਜਦੋਂ ਪਿਛਲੀ ਵਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਨਾ ਇਸ ਸੈਂਟਰ ਦੇ ਜਿਹੜੇ ਇੱਕ ਵਕੀਲ ਨੇ ਮਿਸਟਰ ਕੈਮਰਨ ਉਹਨਾਂ ਦਾ ਕਹਿਣਾ ਹੈ ਕਿ RCMP ਨੂੰ ਉਸ ਵੇਲੇ ਹੀ ਉਹਨਾਂ ਨੂੰ ਇਹ ਦੱਸ ਦੇਣਾ ਚਾਹੀਦਾ ਸੀ ਪਰ ਉਦੋਂ ਉਹ ਕਹਿੰਦੇ ਪ੍ਰੋਪਰ ਕਾਰਵਾਈ ਨਾ ਹੋ ਸਕਣ ਕਰਕੇ ਉਹਨਾਂ ਨੂੰ ਇਹ ਮਤਲਬ ਬਾਅਦ 'ਚ ਉਹਨਾਂ ਨੂੰ ਫੜ ਕੇ ਲੈ ਗਏ ਨੇ ਅਰ ਉਹਨਾਂ ਨੂੰ ਜੇਲ੍ਹ ਵਿੱਚ ਪਾਇਆ ਹੋਇਆ ਪਰ ਹੁਣ ਉਹ ਕਹਿੰਦੇ ਜੀ ਵੀ ਉਹਨਾਂ ਨੂੰ ਬਹੁਤ ਛੇਤੀ ਬਿਨਾਂ ਸ਼ਰਤਾਂ ਤੋਂ ਰਿਹਾ ਕੀਤਾ ਜਾਏਗਾ ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਜੀ ਕਿ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਕਿ ਜਾਂ ਮਈ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਕੇਸ ਆ ਉਹ ਚੱਲੇਗਾ ਤੇ ਫਿਰ ਫੈਸਲਾ ਹੋਵੇਗਾ ਇਹ ਡਿਪੈਂਡ ਕਰਦਾ ਹੈ ਮਾਨਯੋਗ ਜੱਜ ਸਾਹਿਬ ਤੇ ਕਿ ਉਹ ਉਹਨਾਂ ਨੂੰ ਹੁਣ ਰਿਹਾ ਕਰਦੇ ਆ ਕਿ ਨਹੀਂ ਕਰਦੇ ਔਰ ਦੂਸਰੀ ਇੱਕ ਖਬਰ ਇਹ ਆ ਕਿ ਇੱਕ ਪਿਓ ਪੁੱਤ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਸੀਗਾ ਜੀ ਉਹਨਾਂ ਨੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਪਿਛਲੀ ਮਾਰਚ ਦੇ ਵਿੱਚ ਹੋਇਆ ਇਸ ਤਰ੍ਹਾਂ ਸੀ ਕਿ ਇੱਕ ਰੂਰਲ ਸੜਕ ਦੇ ਉੱਤੇ ਦੋ ਵਿਅਕਤੀ ਜਾ ਰਹੇ ਸੀਗੇ ਚਲੋ ਚਾਚਾ ਭਤੀਜਾ ਜੇਕ ਸੈਮਸਨ 39 ਸਾਲਾਂ ਦਾ ਤੇ ਉਹਦਾ ਅੰਕਲ ਹੈਗਾ ਮੋਰਿਸ ਕਾਰਡੀਨਲ ਜਿਹੜਾ 57 ਸਾਲਾਂ ਦਾ ਔਰ ਦੂਸਰੇ ਪਾਸੇ ਦੋ ਜਿਹੜੇ ਪਿਓ ਪੁੱਤ ਸੀਗੇ ਜੀ ਉਹ ਕਾਰਾਂ ਦੇ ਵਿੱਚ ਸੀਗੇ ਆਪਸ ਵਿੱਚ ਉਹਨਾਂ ਦਾ ਕੋਈ ਬਹਿਸ-ਵਸਾਈਆ ਹੋ ਗਿਆ ਰੌਜਰ ਬੈਲੋਡੋ 57 ਸਾਲਾਂ ਦਾ ਤੇ ਉਹਦਾ ਜਿਹੜਾ ਪੋਤਿਆ ਉਹ ਐਂਥਨੀ ਬੈਲੋਡੋ ਉਹ 32 ਸਾਲਾਂ ਦਾ ਉੱਥੇ ਉਹਨਾਂ ਦੀ ਕੋਈ ਆਪਸ ਵਿੱਚ ਟਕਰਾਰ ਹੋਈ ਆ ਇਹ ਪੁਲਿਸ ਨੇ ਦੱਸਿਆ ਤੇ ਗੋਲੀ ਚਲਾ ਦਿੱਤੀ ਗਈ ਔਰ ਇਹ ਦੋਨੋਂ ਜਿਹੜੇ ਜੇਕ ਸੈਮਸਨ ਔਰ ਮੌਰਿਸ ਕਾਰਡੀਨਲ ਹੈ ਇਹ ਦੋਨਾਂ ਦੀ ਮੌਤ ਹੋ ਜਾਂਦੀ ਆ ਤੇ ਹੁਣ ਇਹਨਾਂ ਦੋਨਾਂ ਦੋ ਕਥ ਦੋਸ਼ੀਆਂ ਵੱਲੋਂ ਜਿਹੜਾ ਜੀ ਕੋਰਟ ਦੇ ਵਿੱਚ ਨਾ ਦੁਬਾਰਾ ਫਿਰ ਜਿਹੜੀ ਅਰਜੀ ਪਾਈ ਗਈ ਸੀ ਕਿ ਸਾਨੂੰ ਜ਼ਮਾਨਤ ਦਿੱਤੀ ਜਾਵੇ ਅ ਕੱਲ ਸੁਣਵਾਈ ਹੋਈ ਆ ਪਰ ਜੱਜ ਸਾਹਿਬ ਨੇ ਸ਼ੁੱਕਰਵਾਰ ਤੱਕ ਗੱਲ ਜਿਹੜੀ ਆ ਉਹ ਦੱਸਿਆ ਵੀ ਉਸ ਦਿਨ ਉਹ ਫੈਸਲਾ ਸੁਣਾਉਣਗੇ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਕਿ ਨਹੀਂ ਕੱਲ ਲੋਕ ਜਿਹੜੇ ਸੀਗੇ ਉਹ ਸੈਮਸਨ ਜੇਕ ਸੈਮਸਨ ਔਰ ਮੋਰਿਸ ਕਾਰਡੀਨਲ ਲਈ ਜਸਟਿਸ ਦੀ ਮੰਗ ਕਰ ਰਹੇ ਸੀਗੇ ਉਥੇ ਡਰਮ ਵੀ ਬਜਾਏ ਜਾ ਰਹੇ ਸੀਗੇ ਔਰ ਲੋਕੀ ਗਾਇਣ ਵੀ ਕਰ ਰਹੇ ਸੀਗੇ ਔਰ ਇਹਨਾਂ ਦੋਨਾਂ ਲਈ ਉਹ ਜਿਹੜਾ ਜੀ ਜਸਟਿਸ ਦੀ ਮੰਗ ਕਰ ਰਹੇ ਸੀਗੇ ਔਰ ਸ਼ੁੱਕਰਵਾਰ ਨੂੰ ਜਿਹੜੇ ਜਸਟਿਸ ਹੈ ਨੇ ਜੱਜ ਸਾਹਿਬ ਉਹ ਫੈਸਲਾ ਸੁਣਾਉਣਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਰਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ